ਤਾ ਇਧਰ ਇੱਕ ਵੀਰ ਉੱਪਰ ਕਮੈਂਟ ਵੀ ਕਰ ਰਹੇ ਸੀਗੇ ਆਪਾਂ ਗੱਲਬਾਤ ਉਧਰ ਹੀ ਤੋਰ ਲਾਂਗੇ ਜੀ ਕਹਿੰਦੇ ਕਿ ਭਾਈ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਮੁੰਡੇ ਦੀ ਇੱਕ ਵੀਡੀਓ ਵਾਇਰਲ ਹੋਈ ਹੈ 500 ਕਰੋੜ ਦਾ ਫਰੋਡ ਦੱਸਿਆ ਜਾ ਰਿਹਾ ਹੈ ਜੀ ਇਹ ਕੀ ਗੱਲ ਬਾਣੀ ਮਿੰਟੋ ਜੀ ਇਹਨਾਂ ਨੇ ਹੁਣ ਮੰਤਰੀ ਦੇ ਮੰਤਰੀਆਂ ਛੱਡੋ ਕਿ ਮੰਤਰੀਆਂ ਇਧਰ ਪੰਜਾਬ 'ਚ ਤਾਂ ਰੌਲਾ ਪਿਆ ਹੋਇਆ ਵੈਸੇ ਪਤਾ ਨਹੀਂ ਨਿਕਲੂ ਕਿ ਨਹੀਂ ਨਿਕਲੂਗਾ ਕੁਝ ਉਹਦੇ 'ਚ ਤਾਂ ਕਿ ਖੋਰ ਮੰਤਰੀ ਦੀ ਕੋਈ ਵੀਡੀਓ ਆ ਰਹੀ ਹੈਗੀ ਤੇ ਪਰ ਹੁਣ ਇਧਰੋਂ ਕਹਿੰਦੇ ਕਿ ਮੰਤਰੀ ਦੇ ਮੁੰਡੇ ਦੀ ਜ਼ਰੂਰ ਵੀਡੀਓ ਦੀ ਖੂਬ ਚਰਚਾ ਹੋ ਰਹੀ ਹੈਗੀ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਈ ਹੈ ਸ਼ਾਇ ਜੀ ਜਿਹੜੀ ਉਹ ਪਹਿਲਾ ਵੀਡੀਓ ਆਡੀਓ ਜੋ ਵੀ ਆ ਰਿਲੀਜ਼ ਹੋਇਆ ਜੀ ਰਿਲੀਜ਼ ਨਹੀਂ ਹੋਇਆ ਆਪਾਂ ਤੇ ਕਹਿ ਸਕਦੇ ਵਾਇਰਲ ਹੋਇਆ ਜੀ ਉਹਦੇ ਵਿੱਚ ਹੁਣ ਤੋਮਰ ਨੂੰ ਤੇ ਸਾਰੇ ਜਾਣਦੇ ਨੇ ਨਾ ਪੰਜਾਬੀ ਤੇ ਮਤਲਬ ਕਿ ਇਹ ਨਾਂ ਰੱਟੀ ਬੈਠੇ ਸੀਗੇ ਹਾਂਜੀ ਜਦੋਂ ਮੀਟਿੰਗਾਂ ਦਾ ਦੌਰ ਚੱਲਦਾ ਹੁੰਦਾ ਸੀ ਉਹ ਬਸ ਦੁਰਨੀ ਸਵੇਰੇ ਟੈਲੀਵਿਜ਼ਨ ਅੱਕੇ ਬਹਿ ਜਾਣਾ ਵੀ ਚੱਲੇ ਆ ਰੋਲਦੂ ਸਿੰਘ ਮਾਨਸਰ ਗਿਆ ਆ ਜਾਣਾ ਵਿਆਜ ਹੋ ਗਿਆ ਹੋਰ ਚਾਹ ਪੰਜਾਬ ਵਾਲੇ ਲੀਡਰਾਂ ਦੇ ਨਾਲ ਘੱਟ ਪਤਾ ਹੋਵੇ ਪਰ ਇਹ ਤੋਮਰ ਤੋਮਰ ਜੂੜ ਤੋਮਰ ਦਾ ਜ਼ਰੂਰ ਪਤਾ ਸੀਗਾ ਕਿ ਕਿਨੂੰ ਮਿਲ ਚੱਲੇ ਆ ਜੀ ਤੋਮਰ ਨੂੰ ਮਿਲ ਚੱਲੇ ਆ ਤੋਮਰ ਨੇ ਆ ਜਾ ਆਖ ਦਿੱਤਾ ਆ ਜਾ ਕਹਿ ਦਿੱਤਾ ਬੁਰਾ ਮਤਲਬ ਕਿ ਕੰਮ ਚੱਲਿਆ ਉਦੋਂ ਤੋਮਰ ਸਾਹਿਬ ਹਾਲੇ ਨਾ ਕੱਲ ਹੀ ਸਫਾਈ ਦੇ ਰਹੇ ਸੀਗੇ ਪਹਿਲੀ ਵੀਡੀਓ ਜਿਹਦਾ ਤੁਸੀਂ ਜ਼ਿਕਰ ਕੀਤਾ ਜੀ ਉਹ ਸ਼ਾਇਦ ਸੀ ਕਿ ਮਾਈਨਿੰਗ ਵਾਲੇ ਠੇਕੇ ਧੋਕੇ ਦੀ ਗੱਲਬਾਤ ਕੋਈ ਹੋ ਰਹੀ ਆ ਤੇ ਸਕਰੀਨ ਦੀ ਅੱਜ ਕੱਲ੍ਹ ਜੇ ਮੈਂ ਰਿਕਾਰਡਿੰਗ ਹੁੰਦੀ ਆ ਉਹ ਸਾਰਾ ਕੁਝ ਚੱਲ ਗਿਆ ਮਸਲਾ ਮਤਲਬ ਕਿ ਸਿੱਧੇ ਤੌਰ ਤੇ ਕਹਿ ਲੋ ਬਈ ਇਹੋ ਆ ਪੈਸਾ ਇਕੱਠਾ ਕਰਨ ਦਾ ਮਾਈਨਿੰਗ ਠੇਕਾ ਜਾਂ ਇੱਥੇ ਆ ਜਿਹੜੀ ਦੂਸਰੀ 31 ਸਕਿੰਟ ਵਾਲੀ ਮੈਂ ਜਿੰਨੀ ਕੁ ਸੁਣੀ ਆ ਇਹ ਤਥ ਕਥੇ ਤ ਇਹਦੇ ਚ ਚੰਡੀਗੜ੍ਹ ਟਰਾਂਸਫਰ ਦਾ ਵੀ ਮਸਲਾ ਆ ਰਿਹਾ ਇਕ ਉਹਦੇ ਚ ਗਾਂ ਫਿਰ ਸੀਆਰ ਦਾ ਕਰੋੜ ਐਨੇ ਕਰੋੜ ਐਨੇ ਕਰੋੜ ਇਹ ਹੈ ਉਹ ਹੈ 31 ਸੈਕਿੰਡ ਦੀ ਉਹ ਵੀਡੀਓ ਆ ਹੁਣ ਚੱਕਰ ਕੀ ਆ ਕਿ ਕੱਲ ਤੋਮਰ ਸਾਹਿਬ ਕਹਿੰਦੇ ਸੀ ਕਿ ਐ ਆ ਜੀ ਉਹ ਆ ਸਫਾਈ ਦੇਣ ਦਾ ਸੀ ਉਹ ਸਫਾਈ ਦੇ ਕੇ ਉੱਠੇ ਤੇ ਦੂਜੀ ਆ ਗਈ ਮਾਰਕੀਟ ਚ ਚੱਕੋ ਪਈ ਹੁਣ ਕਿਉਂਕਿ ਨਰਿੰਦਰ ਮੋਦੀ ਅਕਸਰ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਪੱਖਵਾ ਕੈਂਪੇਨ ਹੁੰਦਾ ਜੀ ਕਿਸੇ ਵੀ ਰਾਜ ਦੇ ਵਿੱਚ ਉਹ ਵੀ ਤੁਹਾਨੂੰ ਪਤਾ ਸਾਡੇ ਮਾਨ ਸਾਹਿਬ ਵਾਂਗੂ ਅੱਜ ਕੱਲ ਡਿਊਟੀ ਤੇ ਨੇ ਪ੍ਰਚਾਰ ਮੰਤਰੀ ਨੇ ਉਹ ਪ੍ਰਧਾਨ ਮੰਤਰੀ ਦੀ ਜਗ੍ਹਾ ਅੱਜ ਕੱਲ ਜੀ ਉਹ ਫਿਰ ਨਿਸ਼ਾਨਾ ਕੱਸਦੇ ਆ ਕ੍ਰਾਪਸ਼ਨ ਪਰਿਵਾਰਵਾਦ ਤੇ ਫਿਰ ਨਾਲ ਜਿਹੜੀ ਉਹਨਾਂ ਦੀ ਇੱਕ ਪਰੰਪਰਾਗਤ ਰਾਜਨੀਤੀ ਆ ਜਿਹਦਾ ਕੋਰ ਪਿੱਲਰ ਹਿੰਦੂਤਵ ਜਾਂ ਬ੍ਰਾਹਮਣਵਾਦ ਕਹਿ ਲਓ ਜੀ ਉਹਦੇ ਆਧਾਰ ਤੇ ਜਿਸ ਤਰ੍ਹਾਂ ਉਹ ਨਿਸ਼ਾਨਾ ਕੱਸਦੇ ਆ ਇਹ ਤਿੰਨ ਚਾਰ ਚੀਜ਼ਾਂ ਨੇ ਉਹਦੇ ਚਾ ਰਾਹੁਲ ਗਾਂਧੀ ਨੇ ਤੀਜੀ ਕੇ ਚੌਥੀ ਵਾਰ ਕਹ ਲਖਿਆ ਕਿ ਭਾਈ ED IT ਤੇ ਆ ਫਲਾ ਫਲਾ ਜੋ ਵੀ CBI ਆ ਇਹ ਸਾਡੇ ਵਾਸਤੇ ਰੱਖੀ ਚ ਜੀ ਇਧਰ ਵੀ ਖਲਾ ਕੇ ਵੇਖ ਲੋ ਜੀ ਮਤਲਬ ਕਿ ਮੱਧ ਪ੍ਰਦੇਸ਼ ਦੇ ਵਿੱਚ ਨੀਮਚ ਚ ਕੱਲ ਰੈਲੀ ਸੀਗੀ ਹਾਂਜੀ ਮੱਧ ਪ੍ਰਦੇਸ਼ ਦੇ ਵਿੱਚ ਤੀਜੀ ਕੇ ਚੌਥੀ ਵਾਰ ਰਾਹੁਲ ਗਾਂਧੀ ਨੇ ਤਾਂ ਜ਼ਿਕਰ ਕਰ ਦਿੱਤਾ ਜੀ ਹੁਣ ਚਰਚੇ ਉੱਥੇ ਚੱਲ ਪਿਆ ਹੁਣ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਥੋਂ ਦਾ ਸੁਭਾਈ ਪ੍ਰਧਾਨ ਆ ਉਹ ਤੇ ਇੱਕੋ ਰੱਟ ਲਾਈ ਬੈਠਾ ਕਿ ਨਹੀਂ 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 ਜੀ ਇਹ ਤੇ ਨਕਲੀ ਆ ਤੇ ਨਕਲੀ ਆ ਹੁਣ ਤੁਸੀਂ ਨਕਲੀ ਤੇ ਅਸਲੀ ਇਹ ਤੇ ਆਪਾਂ ਤੈ ਨਹੀਂ ਕਰ ਸਕਦੇ ਤੁਸੀਂ ਉਹਦੀ ਪ੍ਰਮਾਨਤਾ ਸਿੱਧ ਕਰੋਗੇ ਨਾ ਜੀ ਕੋਈ ਫੋਰੈਂਸਿਕ ਲੈਬ ਚੋਂ ਕਿਸੇ ਕਿਸਮ ਦੀ ਜਾਂਚ ਪੜਤਾਲ ਹੋ ਕੇ ਆਏਗੀ ਕਿ ਹਾਂ ਭਈ ਇਹ ਝੂਠੀ ਆ ਨਕਲੀ ਆ ਫਲਾ ਫਲਾ ਆ ਤਦੇ ਪ੍ਰਮਾਣਿਤ ਹੋਊਗੀ ਨਾ ਚੀਜ਼ ਜੀ ਕਹਨ ਨਾਲ ਕੀ ਆ ਕਹਨ ਨਾਲ ਕਹੀ ਚੱਲੋ ਤੁਸੀਂ ਜੀ ਸੋ ਇਹ ਚੱਕਰ ਚੱਲ ਪਿਆ ਅੱਛਾ ਇੱਕ ਚੀਜ਼ ਹੋਰ ਵੇਖੋ ਤੋਮਰ ਦੀ ਏਡੀ ਕਿਸਮਤ ਮਾੜੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਫਸਾ ਰੱਖਿਆ ਉਥੇ ਇਹ ਇਲੈਕਸ਼ਨ ਲੜ ਰਿਹਾ ਐਮਐਲਏ ਦਾ ਹਾਂਜੀ ਤਿੰਨ ਮੰਤਰੀ ਨੇ ਐਮਾਤਪਰਦੇਸ਼ ਚ ਤੇ ਤਿੰਨੇ ਬੁਰੀ ਤਰ੍ਹਾਂ ਫਸੇ ਪਿਆ ਜੀ ਇਧਰੋਂ ਕਮੈਂਟ ਵੀ ਇਹੋ ਆਇਆ ਕਿ ਜੀ ਤੋਮਰ ਦੀ ਸੀਟ ਵੀ ਫਸ ਗਈ ਹੈ ਮੱਧ ਪ੍ਰਦੇਸ਼ ਚ ਚੋਣਾਂ ਦੇ ਵਿੱਚ ਲੱਗਦਾ ਨਹੀਂ ਕਿ ਜਿੱਤਣਗੇ ਤੇ ਉੱਥੇ ਭਾਜਪਾ ਦਾ ਕਾਫੀ ਨੁਕਸਾਨ ਕਰਾਈਗੀ ਇਸ ਤਰ੍ਹਾਂ ਦੀ ਆਡੀਓ ਵੀਡੀਓ ਹਾਂ ਮੈਂ ਉਹੀ ਕਹਿ ਰਿਹਾ ਕਿ ਨਰਿੰਦਰ ਤੋਮਰ ਵਾਸਤੇ ਪਹਿਲਾ ਹੀ ਸਮੱਸਿਆ ਸਮੱਸਿਆ ਇੱਕ ਤੇ ਹੁੰਦੀ ਹੈ ਨਾ ਆਪਣੀ ਸੀਟ ਵੀ ਜਿੱਤਣੀ ਆ ਦੋਹਰਾ ਦਬਾਅ ਹੁੰਦਾ ਹੈ ਇਹੋ ਜੇ ਵੱਡੇ ਚਿਹਰੇ ਤੇ ਕਿ ਨਾਲ ਤੁਸੀਂ ਉਸ ਇਲਾਕੇ ਚ ਜਿੱਥੋਂ ਆਉਣੇ ਕੋਈ 4-5 ਸੀਟਾਂ ਹੋਰ ਦੇਣੀਆਂ ਨੇ ਹਾਂਜੀ ਤੇ ਉੱਥੇ ਤੇ ਮਾਮਾ ਐਤਕੀ ਬਹੁਤ ਕਹਿ ਲੋ ਕਿ ਮਾਮਾ ਦਾ ਨਾ ਜਿਹੜਾ ਪਜਾਮਾ ਉਹ ਚੈਨ ਚ ਫਸਿਆ ਪਿਆ ਪਹੁੰਚਾਉਗਾ ਨਿਕਲਦਾ ਨਹੀਂ ਪਿਆ ਬਹੁਤ ਕਸੂਤਾ ਹੈ ਤਾਂ ਗੱਲ ਇਹ ਆ ਕਿ ਇਹੋ ਜੀ ਹੁਣ ਆਡੀਓ ਨਕਲੀ ਹੈ ਅਸਲੀ ਅਸੀਂ ਨਹੀਂ ਕਹਿੰਦੇ ਕਿ ਮੈਂ ਜਿਵੇਂ ਕਿਹਾ ਕਿ ਇਹਨਾਂ ਨੂੰ ਸਾਬਤ ਕਰਨਾ ਚਾਹੀਦਾ ਜੀ ਇਹ ਕੀ ਆ ਇਹ ਆਪੋਜੀਸ਼ਨ ਨੂੰ ਕਹਿੰਦਾ ਤਾਂ ਤੂੰ ਸਾਬਤ ਕਰ ਸਾਬਤ ਤੁਸੀਂ ਕਰਨਾ ਜਿਹੜੇ ਸੱਤਾ 'ਚ ਬੈਠੇ ਆ ਤੁਹਾਡੇ ਕੋਲ ਤੇ ਪੈਗਾ ਸੱਸ ਵਰਗੇ ਬਤੇਰਾ ਖੋਸ਼ ਆ ਜੀ ਤੁਸੀਂ ਸਿੱਧ ਕਰੋ ਨਾ ਵਾਕਿਆ ਇਹਨਾਂ ਦੀ ਗੱਲ ਬਿਲਕੁਲ درست ਤੇ ਆ ਜਿਨ੍ਹਾਂ ਨੇ ਕਮੈਂਟ ਕੀਤਾ ਕਿ ਨਰਿੰਦਰ ਤੋਮਰ ਪਹਿਲਾਂ ਹੀ ਡੋਬ ਰਿਆ ਸੀਗਾ ਉਤੋਂ ਉਹਦੇ ਸਿਰ 'ਚ ਆ ਪਾਣੀ ਪੈ ਗਿਆ ਹੋਰ ਡੁੱਬੇ ਤੇ ਸਿਰ ਦੇ ਵਿੱਚ ਕਹਿਣੋ ਕਿ ਡੁੱਬਰਾਏ ਬੰਦੇ ਦੇ ਸਿਰ ਦੇ ਵਿੱਚ ਹੋਰ ਪਾਣੀ ਘੱਤਨ ਵਾਲੀ ਗੱਲ ਆ। ਇਸ ਕਰਕੇ ਉਹਦੇ ਬਹੁਤ ਚਰਚੇ ਨੇ ਇਸ ਵੇਲੇ। ਆ ਖਾਸ ਤੌਰ ਤੇ ਜਿਹੜੀ 31 ਸੈਕਿੰਡ ਦੀ ਆਈ ਆ। ਜੀ 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 ਇਧਰ ਉਹ ਰਜੀਵ ਜੀ ਕਰੇ ਜੀ ਪਹਿਲਾਂ ਇਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਵਿੱਚ ਇਹ 100 ਕਰੋੜ ਮੰਗ ਰੇ ਸੀ ਹੁਣ ਇਹ 500 ਕਰੋੜ ਮੰਗ ਰਿਹਾ ਪਰ ਹੁਣ ਇਨਕਮ ਟੈਕਸ ਸੀਬੀਆਈ ਜਾਂ ਕੋਈ ਈਡੀ ਵਗੈਰਾ ਨੇ ਹੁਣ ਉਧਰ ਮੂੰਹ ਨਹੀਂ ਕਰਨਾ ਕਰੇ ਕਿ ਇਸ ਪਾਸੇ ਨਹੀਂ ਨਹੀਂ ਜਾਂਚ ਹੋਣੀ ਚਾਹੀਦੀ ਆ ਆਖਣ ਨਾਲ ਕੀ ਆ? ਜੀ ਨਕਲੀ ਆ ਅਸਲੀ ਆ ਉਹ ਸਾਰੀ ਜਾਂਚ ਪੜਤਾਲ ਕਰਕੇ ਸਿੱਟਾ ਕੱਢੋ ਜੀ ਤੇ ਇਹਨਾਂ ਦੇ ਤਾਂ ਉੱਥੇ ਕਰਨਾਟਕ ਦੇ ਵਿੱਚ ਜਿਹੜਾ ਇੱਕ ਐਮਐਲਸੀ ਦਾ ਮੁੰਡਾ ਸੀਗਾ ਉਹ ਉਹਨੇ ਕੀ ਕੀਤਾ ਤੁਹਾਡੇ ਸਾਹਮਣੇ ਜੀ ਨਾਲੇ ਸਰਕਾਰੀ ਚੇਅਰ ਤੇ ਬੈਠ ਕੇ ਜੀ ਜੀ ਤਗੜਾ ਹੱਥ ਮਾਰਿਆ ਸੀਗਾ ਜੀ ਇਹਦੇ ਬਸ ਐਵੇਂ ਨਾ ਖਾਊਂਗਾ ਨਾ ਖਾਣੇ ਦੂੰਗਾ ਮੈਂ ਫੋਕਾ ਹੈਗਾ ਕਹ ਲੋ ਕਿ ਸ਼ਾਲ ਕਪਟੀ ਆ ਜੀ ਅਸਲ ਦੇ ਵਿੱਚ ਤੇ ਸਾਰਾ ਕੁਝ ਚੱਲ ਰਿਹਾ ਜੰਮੂ ਕਸ਼ਮੀਰ 'ਚ ਵੀ ਦੋਸ਼ ਲੱਗਾ ਹੈ ਕਾ ਹਾਈਐਸ ਨੇ ਲਾਇਆ ਜੀ 1300 ਕਰੋੜ ਦੇ ਘੁਟਾਲੇ ਦਾ ਜੀ ਆ ਜਿਹੜਾ ਜਲ ਪ੍ਰੋਜੈਕਟ ਆ ਉਹਦੇ ਵਿੱਚ ਤੇ ਲੱਗਾ ਵੀ ਉਥੋਂ ਦੇ ਗਵਰਨਰ ਤੇ ਐਲਜੀ ਬਣਿਆ ਨਾ ਕਿਉਂਕਿ ਉਹ ਯੂਟੀ ਬਣ ਗਈ ਮਤਲਬ ਕਿ ਦੋਸ਼ ਲੱਗ ਰਹੇ ਨੇ ਪਰ ਹੁਣ ਜਦੋਂ ਜਾਂਚ ਤੁਸੀਂ ਇੱਕ ਪਾਸੇ ਤੇ ਫੌਰੀ ਕਰਵਾ ਦੇਣੀ ਐ ਇੱਕ ਪਾਸੇ ਤੁਸੀਂ ਲਮਕਾ ਦੇਣਾ ਸਾਰਾ ਕੁਝ ਗੱਲ ਬਣਦੀ ਤੇ ਨਹੀਂ ਨਾ ਫਿਰ ਜੀ 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 ਇਧਰੋਂ ਕਹਿੰਦੇ ਕਿ ਭਾਈ ਆਬਿਦ ਡੁੱਬੇ ਚੌਧਰੀ ਇਹ ਕਹਿੰਦੇ ਕਿ ਨਾਲੇ ਪਾਰਟੀ ਨਹੀਂ ਵੀ ਡੋਗੇ ਜੀ ਤੇ ਇਧਰੋਂ ਮਜੀਦ ਜੀ ਕਹਿੰਦੇ ਜੇ ਭਾਜੀ ਝੂਠੀ ਝੂਠੀ ਹੁੰਦੀ ਨਾ ਵੀਡੀਓ ਹੁਣ ਤੱਕ ਤਾਂ ਕਹਿੰਦੇ ਕਿ ਨਕਲੀ ਵੀਡੀਓ ਦਾ ਇਹਨਾਂ ਨੇ ਰਿਪੋਰਟ ਆ ਜਾਣੀ ਸੀ ਕੋਈ ਨਾ ਕੋਈ ਕਹਿੰਦੇ ਜਾਂ ਬੋਲਣਾ ਸੀ ਇਹਨਾਂ ਨੇ ਕੁਛ ਨਾ ਕੁਛ ਆਹੋ ਇਹਨਾਂ ਦੇ ਕੋਲ ਕਹਿਣ ਲਈ ਕੁਛ ਹੈ ਨਹੀਂਗਾ ਬਹੁਤਾ ਜੀ ਬਸ ਇਹੋ ਆਖੀ ਜਾਂਦੇ ਉਹ ਵੀ ਜਾਦੇ ਲੀਡਰ ਨਹੀਂ ਬੋਲਦੇ ਪਏ ਅਛਾ ਇਹਨਾਂ ਦੇ ਫੇਵਰ ਚ ਵੀ ਨਾ 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 ਮਤਲਬ ਹੁਣ ਦੇਖੋ ਸਟੇਟ ਹੈੱਡ ਹੈ ਜਿਹੜਾ ਮੰਨ ਲਓ ਤੁਹਾਡੀ ਕਿਸੇ ਵੀ ਇਕਾਈ ਦਾ ਕਿਸੇ ਵੀ ਜਥੇਬੰਦੀ ਦਾ ਉਹਨੂੰ ਤੇ ਬੋਲਣਾ ਹੀ ਪਊਗਾ ਨਾ ਜੀ ਬਲਾਰੇ ਨੂੰ ਤਾਂ ਬੋਲਣਾ ਹੀ ਪਊਗਾ ਇੱਕ ਹੁੰਦਾ ਹੈ ਕਿ ਲੀਡਰਸ਼ਿਪ ਦੇ ਵਿੱਚ ਇੱਕ ਯਕੀਨ ਹੁੰਦਾ ਹੈ ਤੇ ਭਾਵੇਂ ਉਹਨਾਂ ਦੇ ਵਿਚਾਰਕ ਜਾਂ ਕੁਝ ਨਿੱਜੀ মতਪੇਦ ਵੀ ਹੋਣ ਜੇ ਇਹੋ ਜੀ ਗੱਲ ਹੁੰਦੀ ਤਾਂ ਅਗਲਾ ਕਹਿੰਦੇ ਨਹੀਂ ਨਹੀਂ ਯਾਰ ਇਹੋ ਜਿਹਾ ਕੰਮ ਨਹੀਂ ਆ ਕਰ ਸਕਦਾ ਜੀ ਪਰ ਸੰਕਟ ਦੇ ਵਿੱਚ ਤਾਂ ਹੈ ਉੱਥੇ ਭਾਜਪਾ ਜੀ 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 ਤਾਂ ਇਸ ਤੋਂ ਬਾਅਦ ਮਿੰਟੂ ਜੀ ਆਪਾਂ ਵਾਪਸ ਆਈਏ ਪੰਜਾਬ ਵੱਲ ਜੀ ਪੰਜਾਬ ਚ ਕਹਿੰਦੇ ਕਿ ਬਾਈ ਇਹਨਾਂ ਨੇ ਤਾਂ ਸ਼ੇਰ ਵਗੇੜਾ ਨੂੰ ਵੀ ਪਿੱਛੇ ਛੱਡ ਦਿੱਤਾ ਮਸ਼ੀਨਾਂ ਹੀ ਖਾ ਕੇ ਲੋਹੇ ਵਾਲੀਆਂ ਕਨੇਕ ਬਣੀਆਂ ਬਣਾਈਆਂ ਹੁਣ ਪਤਾ ਨਹੀਂ ਕੀ ਹੋਊਗਾ ਕਿਨੇ ਹੋਊਗਾ ਐਵਰੇਜ ਤੱਕਨੇਕ ਇੱਕ ਪਿੰਡ ਆਉਂਦੀ ਹੈਗੀ ਇੱਕ ਮਸ਼ੀਨ ਨੂੰ ਜਿਹੜੇ ਜਿਸ ਤਰ੍ਹਾਂ ਦੇ ਨਾਲ ਗਾਇਬ ਹੋ ਗੰਨੇ 11 12000 ਮਸ਼ੀਨਾਂ ਦੱਸ ਦਿਆ ਕਨੇਕ ਕਿ ਬਾਈ ਉਹਨਾਂ ਦਾ ਕੋਈ ਪਤਾ ਹੀ ਨਹੀਂ ਕਿ ਕਿੱਥੇ ਚੱਲੀ ਜਾਂਦੀਆਂ ਨੇ ਉਹ ਕੀ ਪਤਾ ਕਿੰਨੇ ਲਈਆਂ ਕਿਹਦੇ ਤੇ ਚੱਲੀ ਜਾਂਦੀਆਂ ਕਿਹਦੇ ਨਾਂ ਤੇ ਬੋਲੀ ਜਾਂਦੀਆਂ ਇਹ ਹਰ ਥਾਂ ਤੇ ਆ ਕੋਈ ਜਗ੍ਹਾ ਵੇਖ ਲਓ ਸੁੱਕੀ ਛੱਡਦੇ ਆ ਲੋਕ ਜੀ ਚਾਹੇ ਅਨਾਜ ਦੇਣਾ ਹੋਵੇ ਚਾਹੇ ਕੋਈ ਸਬਸਿਡੀ ਆਉਣੀ ਹੋਵੇ ਤੇ ਰਾਜ ਭਾਲਣਗੇ ਕਿ ਸਾਨੂੰ ਜੀ ਸਤਿਯੋਗ ਵਾਲਾ ਰਾਜ ਚਾਹੀਦਾ ਜੀ ਸਰਕਾਰ ਆ ਕਰਦੇ ਸਰਕਾਰ ਵਾਲਾ ਬਈ ਮੰਨੀ ਤੇ ਸਾਡੇ ਪਹਿਲਾਂ ਪੋਟਿਆਂ ਚੋਂ ਦੀ ਆ ਕਿ ਕਿਦਾਂ ਕਰਨੀ ਆ ਕਿਦਾਂ ਚਲਾਉਣੇ ਆ ਜੀ ਹੁਣ ਦੇਖੋ ਇਹ ਚਲੋ ਅੱਜ ਖਬਰ ਲੱਗੀ ਆ ਅਖਬਾਰ ਚ 26 ਚੱਕ ਕੇ ਚੈਨਲ ਨੇ ਵੀ ਚਲਾਤੀ ਇਹ ਤੇ ਬਹੁਤ ਲੰਮਾ ਕਿਸਾ ਇਹਦਾ ਅਸੀਂ ਅਸੀਂ ਖੁਦ ਡਾਕੂਮੈਂਟ ਇੱਥੇ ਦਿਖਾਏ ਹੋਏ ਨੇ ਹਾਂਜੀ ਇਹਦੇ ਡਾਕੂਮੈਂਟ ਤੱਕ ਆਪਾਂ ਦਿਖਾਏ ਹੋਏ ਨੇ ਆਈ ਵਰਲਡ ਤੇ ਜੀ ਕਿ ਤਤਕਾਲੀ ਖੇਤੀ ਮੰਤਰੀ ਨੇ ਕੀ ਲਿਖਿਆ ਸੀਗਾ ਹਾਂਜੀ ਆ ਆਈ ਸੀ ਇਸੇ ਆਪਾਂ ਹਾਂਜੀ